మరి వేకలవగారు ఏ లోకాన జఖ్మి ఐ సజ్జా ఇందే ఏటి హద్ బద్దే ఆయే ਪਾਣੀ ਬੜਾ ਥੋੜਾ ਮਿਲਦਾ ਈ ਜਿਤਨਾ ਮਿਲਦਾ ਈ ਉਹ ਬੱਚੀਆਂ 'ਚ ਤਕਸੀਮ ਹੋ ਜਾਂਦਾ ਈ ਆਏ ਕਰ ਕਰੋਣ ਵਾਲਿਆ ਘੋੜਿਆਂ ਨਾਲ ਦੌੜਨ ਦੀ ਵਜ੍ਹਾ ਤੋਂ ਵਰਮ ਆ ਗਿਆ ਹੈ ਰਸੀਆਂ ਵਰਮਾਂ ਵਿੱਚ ਫਸ ਗਈਆਂ ਹੈ ਜ਼ਿੰਦਗੀ ਦੀ ਆਖਰੀ ਰਾਤ ਬੁਖਾਰ ਦਾ ਜ਼ੋਰ ਆਈ ਤੇ ਫੁੱਫੀ ਅਲਮੋ ਕਰਕੇ ਪਈਆ ਦੀ ਕੁਝ ਮੰਗਾ ਖਾਲੀ ਨਾ ਵਲਾ ਹੈ ਬੀਬੀਆਂ ਸਮਝੇ ਤੱਸੀ ਰੂਹ ਪਿਆਸੀ ਨਿਕਲਦੀ ਪਈ ਏ ਦੋ ਦਿਨ ਤੂੰ ਪਾਣੀ ਨਾ ਨਹੀਂ ਦਿੱਤਾ ਹੋ ਸਕਦਾ ਹੈ ਤੱਸੇ ਪਿਓ ਦੀ ਧੀ ਪਾਣੀ ਮੰਗਦੀ ਹੋਵੇ ਪਰ ਜਿਹੜੀ ਸ਼ਾਇ ਮੰਗੀ ਏ ਨਾ ਬੀਬੀਆਂ ਦੇ ਮੱਥਿਆ ਤੇ ਜ਼ਿੰਦਾਨ ਦੀਆਂ ਦੀਵਾਰਾਂ ਓਏ ਸਿਨਾ ਕਿਆ ਲਿਆ ਹੌਲੇ ਹੌਲੇ ਪਈਆ ਦੀ ਅੰਮਾ ਮਰਨ ਤੋਂ ਪਹਿਲੇ ਬਾਬਾ ਮਿਲਾ ਅੰਮਾ ਮੈਂ ਬਾਬੇ ਨੂੰ ਇਹੋ ਕੁਝ ਦੱਸਣਾ ਹੈ ਜਿਹੜਾ ਵਾਅਦਾ 10ਵੀਂ ਦੀ ਰਾਤ ਮੈਂ ਕੀਤਾ ਹਾਂ ਮੈਂ ਪੂਰਾ ਕਰ ਤੁਰਿਆ ਬਾਬਾ ਮੇਰਾ ਆਖਰੀ ਸਲਾਮ ਸ਼ੀਆ ਸੁਣੀ ਭਾਈਓ ਸਰ ਸੌਖਾ ਨਹੀਂ ਮਿਲਿਆ ਪੂਰੇ ਰਾਤ ਇਹਨਾਂ ਧੀ ਨੂੰ ਸਿਰ ਚੁੰਮਣ ਕਾਣ ਨਹੀਂ ਦਿੱਤਾ ਪੂਰੀ ਪੂਰੀ ਰਾਤ ਜਗਦੀ ਆਈ ਮੰਜ਼ਲਾਂ ਵਿੱਚ ਬਾਬੇ ਦੇ ਸੰਦੂਕ ਤੱਕ ਪਹੁੰਚ ਜਾਵਾਂ ਸਿਪਾਹੀਆਂ ਦੇ ਸੌਣ ਦਾ ਪੂਰੀ ਪੂਰੀ ਰਾਤ ਇੰਤਜ਼ਾਰ ਕਰਦੀ ਆ ਮਾਫੀ ਦੇ ਦੇਣਾ ਤੇ ਹੱਥ ਬੰਨ ਕੇ ਆਦੀ ਮੈਂ ਹੱਥ ਲਾਇਆ ਚੁਣਿਆ ਕੋਈ ਨਹੀਂ ਤੇਰੀਆਂ ਧੀਆਂ ਦੇ ਪਰਦੇ ਹੋਣਾ ਜ਼ਿਆਦਾ ਦਿੱਤਾ ਉਹਨਾਂ ਯਜ਼ੀਦ ਨੂੰ ਜਗਾ ਕੇ ਕਿਵੇਂ ਆਖਿਆ ਹੁਸੈਨ ਦਾ ਸਰ ਚਾਹੀਦਾ ਸਿਰ ਮੰਗੀ ਬੀਬੀ ਆਖੇ ਨਾ ਅੰਮਾ ਮਰਨ ਤੋਂ ਪਹਿਲੇ ਬਾਬਾ ਮਿਲਾ ਬਾਰਾਂ ਸਫ਼ਰ ਵਿੱਚ ਇੱਕ ਜੁਮਲਾ ਪੜਦਾ ਰਹਾ ਨਾ ਪਤਾ ਨਹੀਂ ਬਾਰਾਂ ਸਫ਼ਰ ਤੱਕ ਕੌਣ ਜੀਵੇ ਕੌਣ ਨਾ ਜੀਵੇ ਪਾਕ ਬੀਬੀ ਦਾ ਜਨਾਜ਼ਾ ਤੁਸਾਂ ਮਸਤੂਰਾ ਤੇ ਬਰਾਮਦ ਕਰਨਾ ਹੈ ਸ਼ਹਾਦਤ ਅਦੇ ਸਮਝ ਕੇ ਗਲਵਜ਼ ਆਖਦੇ ਨਾ ਆਏ ਕਰਕੇ ਰੋਣ ਲਿਆ ਏਡੀਆਂ ਉੱਚੀਆਂ ਰੁਲੀਆਂ ਨਾ ਜ਼ਿੰਦਾਨ ਵਿੱਚ ਸ਼ਾਮ ਦੀਆਂ ਔਰਤਾਂ ਘਰਾਂ ਚੋਂ ਨਿਕਲ ਕੇ ਆਦੀਆਂ ਰੋਂਦੀਆਂ ਤੇ ਪਹਿਲੇ ਵੀ ਹਨ ਪਰ ਅੱਜ ਏਡੇ ਕੁਰਲਾਟ ਕਿਉਂ ਹੈ ਨਾ ਹੈ ਕੋਈ ਮਾਤਮ ਕਰਨ ਵਾਲਾ ਇੱਕ ਬੰਦਾ ਤੇ ਉਹ ਜਿਹੜੀ ਛੋਟੀ ਬੱਚੀ ਨਾ ਹੀ ਉਹ ਮਰ ਗਈ ਮਰਹਬਾ ਉਹ ਜਿਸਦੇ ਗਲੇ ਵਾਲੀ ਰੱਸੀ ਮਰਹਬਾ ਉਹ ਜਿਹੜੀ ਮੂੰਹ ਨਾਲ ਕੰਡੇ ਫਿਰਾ ਦੇ ਛਿਕਦੀ ਆਈ ਉਹ ਭੈਣ ਮਰ ਗਈ